ਅਸੀਂ ਪ੍ਰਤਾਪ ਸਿੰਘ ਕੈਰੋਂ ਵਰਗੇ ਦੀ ਗਰਦਨ ਚੋਂ ਮਤਲਬ ਕੀਲਾ ਕੱਢਿਆ ਹੋਇਆ। ਨਹਿਰੀ ਤੇ ਮਾਲ ਦੋ ਇਹੋ ਜਿਹੇ ਅਹਿਮ ਵਿਭਾਗ ਨੇ ਜਿਨ੍ਹਾਂ ਤੋਂ ਬਿਨਾਂ ਪੰਜਾਬ ਨੂੰ ਰੰਗਲਾ ਨਹੀਂ ਬਣਾਇਆ ਜਾ ਸਕਦਾ। ਦੋਨੇ ਵਿਭਾਗ ਤੁਹਾਡੇ ਖਿਲਾਫ ਟਾਂਗਾ ਚੱਕੀ ਫਿਰਦੇ ਨੇ। ਕਦੇ ਤੁਸੀਂ ਕਿੱਕਲੀਆਂ ਦੀ ਗੱਲ ਕਰਦੇ ਹੋ, ਕੀ ਹੋਇਆ ਬਠਿੰਡੇ ਵਰੋਂ? ਤੁਸੀਂ ਧੂਰੀ ਦਾ 2.5 ਸਾਲ ਦੇ ਵਿੱਚ ਕਿਤੇ ਮੂੰਹ ਨਹੀਂ ਦਿਖਾਇਆ ਹੈਗਾ। ਤੁਸੀਂ ਦੱਸੋ ਵੀ ਤੁਸੀਂ 2.5 ਸਾਲ ਦੇ ਵਿੱਚ ਧੂਰੀ ਅਸੈਂਬਲੀ ਦੇ ਵਿੱਚ ਕੋਈ ਰਾਤ ਕੱਟੀ ਹੋਵੇ ਤਾਂ ਤੁਸੀਂ ਲੋਕਾਂ ਨੂੰ ਜਲੰਧਰ ਜਾ ਕੇ ਕੀ ਮਤਲਬ ਦਿਖਾਉਣਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ, ਜੇ ਪੰਜਾਬ ਨੂੰ ਰੰਗਲਾ ਬਣਾਉਣਾ, ਆਓ ਸੱਥਾਂ 'ਚ ਬੈਠੋ, ਸੱਥਾਂ 'ਚ ਸਰਕਾਰ ਚਲਾਓ, ਝੂਠ ਦੀ ਦੁਨੀਆ 'ਚ ਬਾਹਰ ਆਵੋ, ਸਬਜ਼ਬਾਜ਼ ਦੀ ਦੁਨੀਆ 'ਚ ਬਾਹਰ ਆਓ, ਧਰਤੀ 'ਤੇ ਪਹੁੰਚੋ, ਧਰਤੀ ਦੇਖੋ ਵੀ ਹਾਲਾਤ ਕੀ ਨੇ। 2.5 ਸਾਲ ਦੇ ਵਿੱਚ ਪਹਿਲੀ ਵਾਰ ਵੀ ਡਰਾਮਾ ਬਹੁਤ ਵੱਡੀ ਪੱਧਰ 'ਤੇ ਹੋਇਆ। ਕਾਲਜਾਂ ਦਾ ਹੋ ਗਿਆ, ਚਾਹੇ ਸਕੂਲ ਆਫ ਐਮੀਨੇਸ਼ਨ ਦਾ ਹੋ ਗਿਆ, ਚਾਹੇ ਮਹੱਲਾ ਕਲੀਨਿਕ ਦਾ ਹੋ ਗਿਆ, ਡਰਾਮਾ ਬਹੁਤ ਜੰਮ ਕੇ ਹੋਇਆ। ਹੋਰ ਤਾਂ ਕੁਛ ਨਹੀਂ ਹੋਇਆ, ਉਹ ਸਾਡੇ ਪੰਜਾਬ ਦੇ ਖਿਆਲ ਹੁੰਦਾ ਤੁਸੀਂ ਲੁੱਟ ਲਿਆ ਝੂਠ ਬੋਲ ਕੇ ਜੀ। ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਨਹਿਰੀ ਪਟਵਾਰ ਯੂਨੀਅਨ ਦਾ ਧਰਨਾ ਲੱਗਿਆ ਅਤੇ ਉਹਨਾਂ ਦੀ ਹਮਾਇਤ 'ਤੇ ਵੱਖ ਵੱਖ ਜਥੇਬੰਦੀਆਂ ਵੀ ਪਹੁੰਚ ਰਹੀਆਂ, ਕਿਸਾਨ ਜਿੱਥੇ ਪਹੁੰਚੀਆਂ ਤਾਂ ਮੁਲਾਜ਼ਮ ਜਥੇਬੰਦੀਆਂ ਵੀ ਪਹੁੰਚੀਆਂ, ਜਿਹੜੇ ਹੈ ਮਾਲ ਵਿਭਾਗ ਦੇ ਪਟਵਾਰੀ ਉਹ ਵੀ ਪਹੁੰਚੇ। ਉਹਨਾਂ ਦੇ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਜਿਹੜੇ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ, ਰੈਵਨਿਊ ਡਿਪਾਰਟਮੈਂਟ ਦੇ ਸੂਬਾ ਪ੍ਰਧਾਨ ਨਾਲ। ਕਿਵੇਂ ਦੇਖਦੇ ਹੋ, ਤੁਹਾਡਾ ਵੀ ਇੱਕ ਧਰਨਾ ਚੱਲਿਆ, ਬੜਾ ਲੰਮਾ ਪ੍ਰੋਟੈਸਟ ਚੱਲਿਆ, ਬੜੀਆਂ ਤੁਹਾਡੇ 'ਤੇ ਤੰਜ ਵੀ ਕਸੇ ਗਏ, ਆ ਹੁਣ ਵਾਰੀ ਆ ਗਈ ਜਿਹੜੇ ਨਹਿਰ ਮਹਿਕਮੇ ਦੇ ਪਟਵਾਰੀਆਂ ਦੀ, ਇਹ ਦੋਵਾਂ ਧਰਨਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਤੇ ਸਰਕਾਰ ਜਿਹੜੀ ਕਹਿੰਦੀ ਸੀ ਕਿ ਧਰਨੇ ਮੁਜ਼ਾਹਰੇ ਨਹੀਂ ਹੋਣਗੇ, ਉਹ ਸਰਕਾਰ ਦੇ ਜਿਹੜੀ ਗੱਲ ਨੂੰ ਕਿਵੇਂ ਦੇਖਦੇ? ਪਹਿਲਾਂ ਤਾਂ ਮੈਂ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਤੁਹਾਡੇ ਚੈਨਲ ਦੀ, ਤੁਹਾਡੀ ਪੱਤਰਕਾਰਤਾ ਦੀ ਸ਼ਲਾਘਾ ਕਰਦਾ ਕਿ ਤੁਸੀਂ ਹਰ ਮੁੱਦਾ ਬੇਬਾਕੀ ਨਾਲ ਚੁੱਕਿਆ, ਤੁਸੀਂ ਗੋਦੀ ਮੀਡੀਆ ਵਾਲੀ ਲਾਈਨ 'ਚ ਨਹੀਂ ਆਏ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਪੱਤਰਕਾਰਤਾ ਕਰ ਰਹੇ ਹੋ, ਤੁਹਾਨੂੰ ਦਿਲੋਂ ਸਲੂਟ ਆ। ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੀ ਸਭ ਤੋਂ ਪੁਰਾਣੀ ਜਥੇਬੰਦੀ ਆ। ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇੱਕ ਅਪੀਲ ਹੀ ਕਰਨਾ ਚਾਹੁੰਦਾ, ਕਿਉਂਕਿ ਅੱਜ ਆਪਾਂ ਧੂਰੀ ਹਲਕੇ ਦੇ ਵਿੱਚ ਖੜ੍ਹੇ ਹਾਂ, ਜਿੱਥੋਂ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ MLA ਬਣੇ ਨੇ, MLA ਬਣ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਮੈਂ ਤਾਂ ਉਹਨਾਂ ਨੂੰ ਸਿਰਫ ਉਹਨਾਂ ਦੇ ਵਾਅਦੇ ਯਾਦ ਅਦਵਾ ਰਿਹਾ ਕਿ ਉਹਨਾਂ ਦੀ ਪਹਿਲੀ ਗੱਲ ਇਹ ਸੀ ਵੀ ਜਦੋਂ ਸਰਕਾਰ ਬਣੀ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਸੰਘਰਸ਼ਾਂ 'ਚ ਨਿਕਲੀ ਹੋਈ ਪਾਰਟੀਆਂ, ਸਾਡੀ ਸਰਕਾਰ ਦੇ ਵਿੱਚ ਕਿਸੇ ਨੂੰ ਆਪਣੀਆਂ ਹੱਕਾਂ ਲਈ, ਆਪਣੀਆਂ ਮੰਗਾਂ ਲਈ ਧਰਨੇ ਮੁਜ਼ਾਹਰੇ ਕਰਨੇ ਨਹੀਂ ਪੈਣਗੇ। ਤੁਸੀਂ ਬਹੁਤ ਵੱਡੀ ਪੱਧਰ 'ਤੇ ਕਵਰ ਕੀਤਾ ਪਿਛਲੇ 2.5 ਸਾਲ 'ਚ, ਤੁਸੀਂ ਉਹ ਦੱਸੋ ਮੈਨੂੰ ਵੀ ਕੀ ਧਰਨੇ ਮੁਜ਼ਾਹਰੇ ਘੱਟ ਗਏ? ਸਭ ਤੋਂ ਵੱਡਾ ਮੁੱਦਾ ਸਾਡੇ ਵਾਸਤੇ ਪੰਜਾਬ 'ਚ ਇਹ ਆ ਕਿ ਲੋਕਾਂ ਨੇ ਬੜੀਆਂ ਆਸਾਂ ਉਮੀਦਾਂ ਨਾਲ ਇਹ ਬਦਲਾਓ ਵਾਲੇ ਲਿਆਂਦੇ ਸੀ। ਮੇਰੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਆ ਕਿ ਤੁਸੀਂ ਮੀਟਿੰਗਾਂ ਕਰਕੇ, ਤੁਸੀਂ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰੋ, ਤੁਸੀਂ ਉਹ ਮਸਲੇ ਨੂੰ, ਮੀਟਿੰਗ ਨੂੰ ਲਾਈਵ ਕਰ ਦਿਓ। ਮੈਂ ਤਾਂ ਦੇਖੋ ਪਿਛਲੇ 10 ਮਹੀਨਿਆਂ ਤੋਂ ਸਾਡੇ 'ਤੇ ਪਹਿਲਾਂ ਸਤੰਬਰ ਦੇ ਵਿੱਚ SMA ਲਗਾਇਆ ਗਿਆ ਸੀ, ਮੈਂ ਤਾਂ ਤੁਹਾਡੇ ਜ਼ਰੀਏ ਪਿੰਡ ਪਿੰਡ ਹੱਬ ਗਿਆ, ਮੀਡੀਆ ਰਾਹੀਂ ਵੀ, ਲਿਖਤੀ ਪੱਤਰੀ ਵੀ ਤੁਸੀਂ ਸਾਡੇ 'ਤੇ SMA ਲਗਾਇਆ, ਤੁਸੀਂ SMA ਲਗਾਇਆ ਵੀ ਪਟਵਾਰੀ ਗਦਾਵਰੀ ਨਹੀਂ ਕਰ ਰਹੇ, ਪੰਜਾਬ 'ਚ ਹੜ੍ਹ ਆ ਗਏ। ਪੰਜਾਬ ਦਾ ਕੋਈ ਵੀ ਏਰੀਆ ਜਿੱਥੇ ਪਟਵਾਰੀਆਂ ਨੇ ਗਦਾਵਰੀ ਨਾ ਕੀਤੀ ਹੋਵੇ, ਸਰਕਾਰ ਸਾਡੇ 'ਤੇ ਕਾਰਵਾਈ ਕਰ ਦੇਵੇ। ਅਸੀਂ ਗਦਾਵਰੀ ਦਾ ਕੰਮ ਨਹੀਂ ਰੋਕਿਆ, ਅਸੀਂ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਦੀ ਪੂਰੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਮੁੱਖ ਮੰਤਰੀ ਸਾਹਿਬ ਨੇ ਕੀ ਕੀਤਾ? ਨਾ ਬੱਕਰੀ ਦਾ ਮੁਆਵਜ਼ਾ ਮਿਲਿਆ, ਨਾ ਮੁਰਗੀ ਦਾ ਮਿਲਿਆ, ਤੁਹਾਨੂੰ ਸਾਰਾ ਪਤਾ ਵੀ ਕੀ ਮਿਲਿਆ। 600 ਰੁਪਏ ਏਕੜ ਤੁਸੀਂ ਮੁਆਵਜ਼ਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ। ਸਾਡੇ ਨਾਲ ਪਿਛਲੇ 11 ਮਹੀਨਿਆਂ ਤੋਂ ਕੋਈ ਅਫੀਸ਼ੀਅਲ ਮੀਟਿੰਗ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ, ਮੰਤਰੀ ਵੱਲੋਂ ਨਹੀਂ ਕੀਤੀ ਗਈ। ਉਹੀ ਗੱਲ ਅੱਜ ਹੁਣ ਨਹਿਰੀ ਪਟਵਾਰ ਯੂਨੀਅਨ ਦੀ ਆ। ਜਸਕਰਨ ਸਿੰਘ ਦੀ ਚਾਰਜਸ਼ੀਟ ਸਹੀ ਆ ਜਾਂ ਗਲਤ ਆ, ਉਹ ਮੁੱਦਾ ਬਾਅਦ ਆ। ਇੱਕ ਮਸਲਾ ਉਹਨਾਂ ਨੇ ਇਲਜ਼ਾਮ ਲਾਇਆ ਸਰਕਾਰ 'ਤੇ ਵੀ ਸਰਕਾਰ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰ ਰਹੀ ਆ, ਤਾਂ ਮੈਂ ਤਾਂ ਇਮੀਡੀਏਟ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਇਸ ਮਹਿਕਮੇ ਦਾ ਮੰਤਰੀ ਆ ਚੇਤਨ ਸਿੰਘ ਚੌੜਾ ਮਾਜਰਾ, ਉਹ ਕੀ ਡਿਊਟੀ ਕਰ ਰਿਹਾ? ਉਹ ਸਭ ਤੋਂ ਪਹਿਲਾਂ ਮੀਟਿੰਗ ਬੁਲਾਉਂਦਾ, ਮੀਟਿੰਗ ਨੂੰ ਲਾਈਵ ਕਰ ਦਿੰਦਾ, ਉੱਥੇ ਆਪਦੇ ਤੱਥ ਰੱਖਦੇ ਸਰਕਾਰ ਦੇ ਵੀ ਭਾਈ ਸਰਕਾਰ ਨੇ ਤਾਂ ਆਹ ਰਿਪੋਰਟਾਂ ਮੰਗੀਆਂ ਨੇ, ਪਟਵਾਰ ਯੂਨੀਅਨ, ਨਹਿਰੀ ਪਟਵਾਰ ਯੂਨੀਅਨ ਗਲਤ ਗੱਲ ਕਰ ਰਹੀ ਆ, ਅਤੇ ਲੋਕਾਂ ਨੂੰ ਚਾਨਣਾ ਹੁੰਦਾ। ਤਾਂ ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ ਕਿ ਬਦਲਾਓ ਵਾਲੀ ਸਰਕਾਰ ਦਾ ਮੁੱਖ ਮੰਤਰੀ ਅੱਜ ਜੇ ਆਪਦੀ ਰਿਹਾਇਸ਼ ਚੱਕ ਕੇ ਜਲੰਧਰ ਲਿਜਾਂਦਾ ਤਾਂ ਉਹਦੀ ਕੋਈ ਗੱਲ ਨਹੀਂ ਹੈਗੀ। ਮੁੱਖ ਮੰਤਰੀ ਸਾਹਿਬ, ਅੱਜ ਪੰਜਾਬ ਪੂਰਾ ਜਾਗਰੂਕ ਆ, ਹਰ ਬੰਦੇ ਦੇ ਫੋਨ ਜੇਬ ਦੇ ਵਿੱਚ ਫੋਨ ਆ, ਤੁਸੀਂ ਮੀਟਿੰਗਾਂ ਕਿਉਂ ਨਹੀਂ ਕਰ ਰਹੇ?
ਤੁਸੀਂ ਪੰਜਾਬ ਦੇ ਮੁੱਦਿਆਂ 'ਤੇ ਕਿਉਂ ਹੀ ਬੋਲ ਰਹੇ? ਟਿਕਟ ਟੋਚਨ ਮੁਕਾਬਲੇ ਦੇ ਵਿੱਚ ਕੱਲ੍ਹ ਮਤਲਬ ਨੁਕਸਾਨ ਹੋਇਆ, ਕੌਣ ਜ਼ਿੰਮੇਵਾਰ ਹੈ ਜੀ? ਕਹਿੰਦੇ ਜੀ ਉਹ ਕਮੇਟੀ 'ਤੇ ਪਰਚਾ ਕਰ ਦਿਉ। ਮੈਂ ਕਹਿੰਦਾ ਉਸ DSP 'ਤੇ ਪਰਚਾ ਕਰੋ ਜਿਹਦੇ ਏਰੀਏ 'ਚ ਕੰਮ ਹੋਇਆ। ਉਹਨੂੰ ਨਹੀਂ ਪਤਾ ਲੱਗਿਆ ਟਿਕਟ ਟੋਚਨ ਮੁਕਾਬਲੇ ਹੋ ਰਹੇ ਨੇ, ਉੱਥੇ ਇੱਕ ਟੈਂਟ ਵੀ ਲੱਗਿਆ, ਉਹਦੇ ਸਪੀਕਰ ਵੀ ਲੱਗਿਆ, ਜਾ ਕੇ ਸਮੇਂ ਸਿਰ ਪੁਲਿਸ ਨੇ ਬੰਦ ਕਦੇ ਨਹੀਂ ਕਰਾਇਆ ਜੀ। ਉਹ ਉਸ ਥਾਣੇ ਦੇ SSD 'ਤੇ ਪਰਚਾ ਕਰੋ ਵੀ। ਇਸ ਕਰਕੇ ਗੱਲ ਸਮਝਣ ਦੀ ਲੋੜ ਆ, ਚਾਹੇ ਮੁਲਾਜ਼ਮਾਂ ਦੇ ਮੁੱਦੇ ਨੇ, ਚਾਹੇ ਕਿਸਾਨਾਂ ਦੇ ਮੁੱਦੇ ਨੇ, ਚਾਹੇ ਮਜ਼ਦੂਰਾਂ ਦੇ ਮੁੱਦੇ ਨੇ, ਮੇਰੀ ਹੱਥ ਜੋੜ ਕੇ ਬੇਨਤੀ ਆ, ਮਾਨ ਸਾਹਿਬ ਤੁਹਾਨੂੰ 92 ਤੋਂ ਲੋਕਾਂ ਨੇ 33 'ਤੇ ਲਿਆਂਦਾ, ਕਿਰਪਾ ਕਰਕੇ ਤੁਹਾਡੇ ਕੋਲ ਹਜੇ ਵੀ ਸਮਾਂ, ਡੋਲੇ ਬਿਰਾਂ ਦਾ ਕੁਛ ਨਹੀਂ ਵਿਗੜਿਆ, ਅਸੀਂ ਵੀ ਤੁਹਾਡੀਆਂ, ਪੰਜਾਬ ਸਾਡਾ ਸਾਰਿਆਂ ਦਾ, ਪੰਜਾਬ ਮੁਲਾਜ਼ਮਾਂ ਤੋਂ ਬਿਨਾਂ ਹੀ ਚੱਲਣਾ ਪੰਜਾਬ। ਜੇ ਤੁਸੀਂ ਕਹੋ ਵੀ ਸਾਡੇ MLA ਚਲਾ ਲੈਣਗੇ ਜਾਂ ਮੰਤਰੀ ਚਲਾ ਲੈਣਗੇ ਜਾਂ ਵਲੰਟੀਅਰ ਚਲਾ ਲੈਣਗੇ, ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਚੈਨਲ ਰਾਹੀਂ ਵੀ ਪੰਜਾਬ ਸਰਕਾਰ ਆਪਣੀ ਕੁੰਭਕਰਨੀ ਨੀਂਦ 'ਚੋਂ ਜਾਗੇ, ਅਫਸਰਸ਼ਾਹੀ ਜਿਹੜੀ ਬੇਲਗਾਮ ਹੋਈ ਫਿਰਦੀ ਆ ਉਹਨਾਂ ਨੂੰ ਨੱਥ ਪਾਵੇ। ਕਿਉਂਕਿ ਦੇਖੋ ਚੋਣ ਜਾਬਤਾ ਲੱਗਿਆ ਹੋਵੇ, ਪੰਜਾਬ ਦੇ ਵਿੱਚ ਸੈੱਲ ਵਾਲਾ ਨੋਟੀਫਿਕੇਸ਼ਨ ਆ ਜਾਣਾ, ਫਿਰ ਉਹ ਵਾਪਸ ਲੈ ਲੈਣਾ, ਕਿਤੇ ਨਾ ਕਿਤੇ ਸਰਕਾਰ ਦੀ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਦੇ ਉੱਪਰ ਸਵਾਲ ਖੜ੍ਹੇ ਕਰਦਾ। ਜਿਹੜੇ ਲੋਕ ਸਮਝਦਾਰ ਨੇ ਉਹ ਸਮਝਦੇ ਨੇ, ਜਿਹੜੇ ਬੁੱਧੀਜੀਵੀ ਨੇ, ਪੱਤਰਕਾਰ ਵੀਰ ਨੇ ਮੇਰੇ ਸਮਝਦੇ ਹੋਣਗੇ ਕਿ ਵੋਟਾਂ ਦਾ ਸਮਾਂ ਹੋਵੇ ਔਰ ਸਰਕਾਰ ਦੇ ਅਫਸਰ ਇਹੋ ਜਿਹੇ ਨੋਟੀਫਿਕੇਸ਼ਨ ਜਾਰੀ ਕਰਦੇ ਨੇ, ਫਿਰ ਉਹਨੂੰ ਯੂ ਟਰਨ ਲੈ ਕੇ ਵਾਪਸ ਲੈ ਲੈਣ, ਉਹਦੇ ਨਾਲ ਦੇਖੋ ਸਰਕਾਰ ਦੀ ਕਿਰਕਰੀ ਹੁੰਦੀ ਆ। ਚਾਹੇ ਐਸਮਾ ਵਰਗਾ ਕਾਨੂੰਨ ਸੀ, ਮੈਂ ਕਹਿੰਦਾ ਸਾਡੇ 3 ਸਾਲ 4 ਮਹੀਨੇ ਲਾ ਕੇ ਰੱਖਿਆ, ਮੈਨੂੰ ਸਾਡੇ ਮਾਲ ਮੰਤਰੀ ਸਾਹਿਬ, ਸਾਡੇ FCR ਸਾਹਿਬ, ਸਾਡੇ DLR ਸਾਹਿਬ, ਸਾਡਾ DC ਦੱਸਿਆ ਸੀ ਵੀ ਹਾਂ ਐਸਮਾ ਦੇ ਖਿਲਾਫ਼ ਕਿਹੜੇ ਪਟਵਾਰੀ ਕਰਨ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਆ, ਜਦੋਂ ਅਸੀਂ ਕੁਛ ਗਲਤ ਹੀ ਨਹੀਂ ਕੀਤਾ। ਵੀ ਯਾਰ ਇਹ ਧਰਾਤਲ ਤੋਂ ਉੱਠੀ ਹੋਈ ਪਾਰਟੀ ਜੇ ਇਹ ਇਹੋ ਜਿਹੇ ਫੈਸਲੇ ਕਰੂਗੀ ਤਾਂ ਫਿਰ ਅਸੀਂ ਮਹਿਲਾ ਵਾਲਿਆਂ ਦੇ ਤਾਂ ਉਲਟ ਇਹਨਾਂ ਨੂੰ ਪਹਿਲਾਂ ਚੁਣ ਲਿਆ, ਫਿਰ ਸਾਡੇ ਕੋਲ ਹੁਣ ਕੀ ਬਦਲਾਓ ਆ? ਫਿਰ ਮੇਰੇ ਮੁਤਾਬਕ ਸਾਡੇ ਕੋਲ ਇਹੀ ਬਦਲਾਓ ਆ, ਜੋ ਇਸ ਵਾਰ ਫਰੀਦਕੋਟ ਅਤੇ ਖਡੂਰ ਸਾਹਿਬ ਆਇਆ, ਅਗਲੀ ਵਾਰ ਮੈਨੂੰ ਪਤਾ ਫਿਰ ਇਹ ਬਦਲਾਓ ਹੋਰ ਵੱਡੀ ਪੱਧਰ 'ਤੇ ਫੈਲੂਗਾ। ਤਾਂ ਫਿਰ ਉਹ ਕਿਹੜੇ ਪੰਜਾਬ ਦੀ ਗੱਲ ਆ ਜਿਹਦੀ ਭਗਵੰਤ ਸਿੰਘ ਮਾਨ ਗੱਲ ਕਰਦੇ ਨੇ, ਪੰਜਾਬ ਖੁਸ਼ਹਾਲ ਆ, ਪੰਜਾਬ ਦੇ ਲੋਕ ਖੁਸ਼ਹਾਲ ਨੇ, ਮੇਰੇ ਨਾਲ ਜਿਹੜੇ ਹੈਗੇ ਮੈਥੋਂ ਭਾਈ ਬਹੁਤ ਖੁਸ਼ ਨੇ ਪੰਜਾਬ ਦੇ ਲੋਕ? ਦੇਖੋ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਪੰਜਾਬ ਦੀਆਂ ਅੱਜ 92 ਤਹਿਸੀਲਾਂ ਨੇ, ਤੁਸੀਂ ਕਿਸੇ ਵੀ ਤਹਿਸੀਲ ਦੇ ਵਿੱਚ ਚਲੇ ਜਾਓ, ਤੁਸੀਂ 2.5 ਸਾਲ ਦੀ ਉਹਦੀ ਗਰਾਊਂਡ ਜ਼ੀਰੋ ਦੀ ਰਿਪੋਰਟ ਲੈ ਲਓ, ਜਿਵੇਂ ਤੁਸੀਂ ਸਮੇਂ ਸਮੇਂ 'ਤੇ ਕਰਦੇ ਰਹੇ ਹੋ, ਕੀ 2.5 ਸਾਲ 'ਚ ਉੱਥੇ ਕੋਈ ਫਰਨੀਚਰ ਆ ਗਿਆ ਹੋਵੇ, ਕੋਈ ਉੱਥੇ ਬਾਥਰੂਮ, ਕੋਈ ਉੱਥੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਹੋ ਗਿਆ ਹੋਵੇ, ਕੋਈ ਉੱਥੇ ਭਰਤੀ ਹੋ ਗਿਆ, ਸਟਾਫ ਦੀ ਗੱਲ ਹੋ ਗਈ ਹੋਵੇ, ਕੁਛ ਵੀ ਨਹੀਂ? ਮੈਂ ਤਾਂ ਸਮਝਣ ਵਾਲਾ ਵੀ ਬਈ ਵੀ ਕਿਹੜੇ ਪੰਜਾਬ ਦੀ ਗੱਲ ਕਰੀ ਜਾਂਦੇ ਨੇ, ਵੀ ਪਤਾ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਜਿਹੜਾ ਜਿਵੇਂ ਅੱਜ ਕੱਲ੍ਹ ਮੀਡੀਆ ਨੂੰ ਵੀ ਕਹਿੰਦੇ ਉੱਥੇ ਜਾਣ ਦੇ ਅੱਗੇ ਨੇ ਕਿ ਇੱਕ CM ਹਾਊਸ ਦੇ ਵਿੱਚ ਇੱਕ ਕਮਰਾ ਹੀ ਬਣਾਇਆ ਹੋਇਆ, ਉੱਥੋਂ ਲਾਈਵ ਕਰਦੇ ਨੇ ਆਪਣੀਆਂ ਗੱਲਾਂ, ਮਤਲਬ ਬੋਲਦੇ ਨੇ, ਸੁਣਦੇ ਤਾਂ ਹੈ ਨਹੀਂ ਕਿਸੇ ਦੀ ਗੱਲ, ਉਹ ਵੀ ਇਹੀ ਲੱਗ ਰਿਹਾ ਵੀ ਉਹ ਆਪਦੇ ਕੋਈ ਸੁਪਨਿਆਂ ਦਾ ਹੀ ਪੰਜਾਬ ਮਤਲਬ ਲੋਕਾਂ ਨੂੰ ਦਿਖਾਈ ਜਾਂਦੇ ਨੇ, ਧਰਾਤਲ ਤਾਂ ਪੰਜਾਬ ਹੈ ਨਹੀਂ ਜੀ ਉਹ। ਹੁਣ ਆਹ ਧੂਰੀ ਏਰੀਏ ਦੀ ਗੱਲ ਹੋ ਰਹੀ ਆ, ਧੂਰੀ ਦੇ ਵਿੱਚ ਅੱਜ ਆਪਾਂ ਖੜ੍ਹੇ ਹਾਂ, ਮੁੱਖ ਮੰਤਰੀ ਸਾਹਿਬ ਦਾ ਨੁਮਾਇੰਦਾ ਮਤਲਬ ਇੱਥੋਂ ਉਹਨਾਂ ਚੁਣਿਆ MLA ਬਣਾਇਆ ਉਹਨਾਂ ਨੂੰ, ਧੂਰੀ ਦੇ ਤੁਸੀਂ ਹਾਲਾਤ ਦੇਖ ਲਓ ਜੀ ਪਿੰਡਾਂ ਦੀ ਜਾਂ ਸ਼ਹਿਰਾਂ ਦੀ, ਸਰਪੰਚ ਪਿੰਡ ਦੇ ਫਿਰਦੇ ਨੇ ਵੀ 2.5 ਸਾਲ 'ਚ ਕੋਈ ਗੱਲ ਹੀ ਨਹੀਂ, ਕੋਈ ਕੰਮ ਹੀ ਨਹੀਂ ਹੋਇਆ, ਪੰਚਾਇਤਾਂ ਦੇ ਖਾਤੇ 'ਚ ਗਰਾਂਟਾਂ ਪਈਆਂ ਨੇ, ਉਹਨਾਂ ਨੂੰ ਖਰਚਣ ਨਹੀਂ ਦਿੱਤਾ ਜਾ ਰਿਹਾ, ਇਹ ਬਦਲਾਓ ਸੀਗਾ ਜੀ। ਮੁਲਾਜ਼ਮ ਨੇ ਸਭ ਤੋਂ ਵੱਧ ਵੋਟਾਂ ਮੁਲਾਜ਼ਮਾਂ ਨੇ ਪਾਈਆਂ, ਅਤੇ ਹੁਣ ਤੁਸੀਂ ਆਹ 13 ਸੀਟਾਂ ਦਾ ਰਿਜ਼ਲਟ ਦੇਖ ਲਓ ਜੀ, ਪੋਸਟਲ ਬੈਲਟ ਪੇਪਰ ਦੇ ਵਿੱਚ 85% ਮੁਲਾਜ਼ਮਾਂ ਨੇ ਉਲਟ ਭੁਗਤੇ ਨੇ ਜੀ। ਮੈਂ ਨਹੀਂ ਕਹਿੰਦਾ, ਤੁਸੀਂ ਕਹਿੰਦੇ 45,000 ਨੌਕਰੀ ਦੇ ਦਿੱਤੀ, ਕਿੱਥੇ ਦੇ ਦਿੱਤੀ ਜੀ? ਲਿਸਟ ਜਨਤਕ ਕਰ ਦਿਉ, ਉਹ ਜਿਹੜੀ 45,000 ਨੌਕਰੀ ਤੁਸੀਂ ਦਿੱਤੀ ਸਾਨੂੰ ਲਿਸਟ ਜਨਤਕ ਕਰ ਦਿਉ। ਸਾਡੇ ਮਹਿਕਮੇ ਦੇ ਵਿੱਚ 5,000 ਰੁਪਇਆ ਮਿਲਦਾ ਸੀ ਪਟਵਾਰੀਆਂ ਨੂੰ, ਉਹ ਸਟਾਈਫਨ ਮਿਲਿਆ 18,000 ਰੁਪਇਆ, ਔਰ ਤੁਸੀਂ ਸਟੇਟਮੈਂਟ ਦੇ ਰਹੇ ਹੋ ਵੀ ਮੈਨੂੰ ਏਅਰਪੋਰਟ ਦੇ ਉੱਪਰ ਇੱਕ ਲੜਕੀ ਮਿਲੀ ਜਿਹੜੀ ਕਹਿੰਦੀ ਮੈਂ ਪਟਵਾਰੀ ਸਿਲੈਕਟ ਹੋ ਗਈ, ਵੀ ਮੈਨੂੰ ਪਹਿਲੀ ਤਨਖਾਹ ਮਿਲੀ ਆ, ਮੈਂ ਆਪਣੇ ਪਰਿਵਾਰ ਨੂੰ ਲੈ ਕੇ ਉਹਨਾਂ ਨੂੰ ਹਵਾਈ ਯਾਤਰਾ ਕਰਾ ਰਹੀ ਹਾਂ। ਪਹਿਲੀ ਗੱਲ ਤਾਂ ਜੇ ਪਟਵਾਰੀ ਭਰਤੀ ਹੋਈ ਉਹਨੂੰ 18,000 ਰੁਪਏ ਮਿਲਣ ਲੱਗਿਆ, 18,000 'ਚ ਹਵਾਈ ਯਾਤਰਾ ਹੋ ਜੂਗੀ ਜੀ? ਇਹੋ ਜਿਹੀਆਂ ਯਾਰ ਹਾਸੋਹੀਣੀ ਗੱਲਾਂ ਵਾਸਤੇ ਮੁੱਖ ਮੰਤਰੀ, ਕਦੇ ਤੁਸੀਂ ਕਿੱਕਲੀਆਂ ਦੀ ਗੱਲ ਕਰਦੇ ਹੋ, ਕੀ ਹੋਇਆ ਬਠਿੰਡੇ ਫਿਰ ਹੁਣ? ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਤੌਰ ਮੁੱਖ ਮੰਤਰੀ ਫੇਲ ਹੁੰਦਾ ਤਾਂ ਪੰਜਾਬ ਕੋਲ ਵੀ ਕੁਛ ਨਹੀਂ ਕਹਿਣ ਨੂੰ। ਅੱਜ ਪੰਜਾਬ ਉਸ ਗਰਾਊਂਡ 'ਤੇ ਖੜ੍ਹਾ ਕਿ ਸਾਰੇ ਪਾਸੇ ਅਰਾਜਕਤਾ ਫੈਲੀ ਹੋਈ ਆ,
ਚਾਹੇ ਉਹ ਮਜ਼ਦੂਰ ਵਰਗ ਆ, ਚਾਹੇ ਉਹ ਮੁਲਾਜ਼ਮ ਵਰਗ ਆ, ਚਾਹੇ ਸਾਡਾ ਸਮਾਜ ਆ, ਸਮਾਜ ਦੇ ਵਿੱਚ ਵੀ ਇਹੋ ਜਿਹੀਆਂ ਅਣਮਨੁੱਖੀ ਘਟਨਾਵਾਂ ਹੋ ਰਹੀਆਂ ਨੇ ਜਿਹਦੇ ਨਾਲ ਕਿ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਨੇ। ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ, ਜੇ ਪੰਜਾਬ ਨੂੰ ਰੰਗਲਾ ਬਣਾਉਣਾ ਆਓ ਸੱਥਾਂ 'ਚ ਬੈਠੋ, ਸੱਥਾਂ 'ਚੋਂ ਸਰਕਾਰ ਚਲਾਓ। ਹੁਣ ਅੱਜ ਜੇ ਤੁਸੀਂ ਟੰਡ ਫੋੜੀ ਚੱਕ ਕੇ ਜਲੰਧਰ ਚਲੇ ਗਏ, ਉੱਥੇ ਚੋਣ ਆ ਜੀ, ਉਹ ਤਾਂ ਕੀ ਚੰਡੀਗੜ੍ਹ ਕੋਈ ਜਾਣਾ ਔਖਾ? ਚੰਡੀਗੜ੍ਹ ਆਪਣੀ ਸਾਡੀ ਰਾਜਧਾਨੀ ਆ, ਉੱਥੇ ਮੁੱਖ ਮੰਤਰੀ ਦਫ਼ਤਰ ਆ, ਆਹ ਧੂਰੀ ਖੜ੍ਹੇ ਆ। ਤੁਸੀਂ ਧੂਰੀ ਦਾ 2.5 ਸਾਲ ਦੇ ਵਿੱਚ ਕਿਤੇ ਮੂੰਹ ਨਹੀਂ ਦਿਖਾਇਆ ਹੈਗਾ। ਤੁਸੀਂ ਦੱਸੋ ਵੀ ਤੁਸੀਂ 2.5 ਸਾਲ ਦੇ ਵੀ ਧੂਰੀ ਅਸੈਂਬਲੀ ਦੇ ਵਿੱਚ ਕੋਈ ਰਾਤ ਕੱਟੀ ਹੋਵੇ, ਫਿਰ ਤੁਸੀਂ ਲੋਕਾਂ ਨੂੰ ਜਲੰਧਰ ਜਾ ਕੇ ਕੀ ਮਤਲਬ ਦਿਖਾਉਣਾ ਚਾਹੁੰਦੇ ਹੋ? ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, ਝੂਠ ਬੋਲਣਾ ਬੰਦ ਕਰੋ, ਝੂਠ ਦੀ ਦੁਨੀਆ 'ਚੋਂ ਬਾਹਰ ਆਵੋ, ਸਬਜ਼-ਬਾਜ ਦੀ ਦੁਨੀਆ 'ਚੋਂ ਬਾਹਰ ਆਓ, ਧਰਤੀ 'ਤੇ ਪਹੁੰਚੋ, ਧਰਤੀ ਦੇਖੋ ਵੀ ਹਾਲਾਤ ਕੀ ਨੇ। ਅੱਜ ਤੁਹਾਨੂੰ ਜੇ ਲੋਕਾਂ ਨੇ ਤੁਹਾਨੂੰ 63 ਹਲਕਿਆਂ ਤੋਂ ਹਰਾਇਆ ਜਾਂ ਤੁਹਾਨੂੰ 70 ਹਲਕਿਆਂ ਤੋਂ ਹਰਾਇਆ, ਉਹ ਦੇਖੋ ਕੀ ਰਿਜ਼ਲਟ ਨੇ। ਤੁਹਾਡੇ MLA ਬੋਲੀ ਜਾਂਦੇ ਨੇ ਵੀ ਕੀ ਹੋਈ ਜਾਂਦਾ, ਅੰਮ੍ਰਿਤਸਰ ਵਾਲੇ MLA ਦੀ ਵੀਡੀਓ ਸੁਣੀ ਆ, ਕੋਬਰ ਵਿਜੇ ਪ੍ਰਤਾਪ ਜੀ ਬੋਲੀ ਜਾਂਦੇ ਨੇ, ਕਿੱਥੇ ਗਿਆ ਬਰਗਾੜੀ ਮੋਰਚੇ ਦਾ ਇਨਸਾਫ ਜੀ? ਕਿੱਥੇ ਗਿਆ ਜਿਹੜੀਆਂ ਸਾਡੀਆਂ ਕਹਿੰਦੇ ਖੁਦਕੁਸ਼ੀਆਂ ਅਸੀਂ ਨਹੀਂ ਹੋਣ ਦੇਵਾਂਗੇ, ਨਸ਼ੇ ਨਾਲ ਮੌਤਾਂ ਰੋਜ਼ ਹੋ ਜਾਂਦੀਆਂ ਨੇ, ਅਖਬਾਰ ਪੜ੍ਹਦੇ ਹਾਂ ਆਪਾਂ? ਦੱਸੋ ਫਿਰ ਬਦਲਾਓ ਕਿੱਥੇ ਆ ਜੀ? ਫਿਰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ, ਸਾਡੀ ਸਭ ਤੋਂ ਪੁਰਾਣੀ ਜਥੇਬੰਦੀ ਆ ਦੀ ਰੈਵਨਿਊ ਪਟਵਾਰ ਯੂਨੀਅਨ, 1929 ਦੀ ਰਜਿਸਟਰਡ ਆ। ਅਸੀਂ ਪ੍ਰਤਾਪ ਸਿੰਘ ਕੈਰੋਂ ਵਰਗੇ ਦੀ ਗਰਦਨ 'ਚੋਂ ਮਤਲਬ ਕੀਲਾ ਕੱਢਿਆ ਹੋਇਆ, ਅਸੀਂ ਗਲਤ ਮੁੱਦੇ 'ਤੇ ਲੜਦੇ ਨਹੀਂ, ਅਸੀਂ ਕੋਈ ਗਲਤ ਸਟੈਂਡ ਲੈਂਦੇ ਨਹੀਂ, ਸਾਡੇ 'ਚ ਕੋਈ ਈਗੋ ਨਹੀਂ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਅੱਜ ਕਿਸਾਨਾਂ ਦੀ ਮਜ਼ਦੂਰਾਂ ਦੀ ਦਸ਼ਾ ਸੁਧਾਰਨੀ ਆ, ਨਹਿਰੀ ਅਤੇ ਮਾਲ ਦੋ ਇਹੋ ਜਿਹੇ ਅਹਿਮ ਵਿਭਾਗ ਨੇ ਜਿਨ੍ਹਾਂ ਤੋਂ ਬਿਨਾਂ ਪੰਜਾਬ ਨੂੰ ਰੰਗਲਾ ਨਹੀਂ ਬਣਾਇਆ ਜਾ ਸਕਦਾ। ਦੋਨੇ ਵਿਭਾਗ ਤੁਹਾਡੇ ਖਿਲਾਫ਼ ਟਾਂਗਾ ਚੱਕੀ ਫਿਰਦੇ ਨੇ। ਕਿਰਪਾ ਕਰਕੇ ਮਸਲੇ ਨੂੰ ਤੁਸੀਂ ਵੱਡੇ ਹੋ, ਪੰਜਾਬ ਦੇ ਮੁਖੀ ਹੋ, ਪਰਿਵਾਰ ਦੇ ਮੁਖੀ ਹੋ, ਪਿਓ ਵਾਲੀ ਜਗ੍ਹਾ 'ਤੇ ਹੋ, ਤੁਸੀਂ ਇਹਨਾਂ ਨੂੰ ਨੇੜੇ ਲਾਓ, ਸਾਡੀ ਗੱਲਬਾਤ ਕਰਕੇ ਸਾਡੇ ਮਸਲੇ ਹੱਲ ਕਰੋ ਤਾਂ ਕਿ ਲੋਕਾਂ ਨੂੰ ਆਪਾਂ ਇਨਸਾਫ਼ ਦੇ ਸਕੀਏ। ਤੁਸੀਂ ਇੰਨੇ ਮਸਲੇ ਦੱਸੇ, ਇੰਨੀਆਂ ਸਮੱਸਿਆਵਾਂ ਦੱਸੀਆਂ, ਫਿਰ ਮਾਨ ਸਾਹਿਬ ਤਾਂ ਬੋਰਡ ਲਾ ਕੇ ਕਹਿੰਦੇ ਨੇ ਕਿ ਪੰਜਾਬ ਰੰਗਲਾ ਪੰਜਾਬ ਬਣ ਗਿਆ, ਪੰਜਾਬ ਖੁਸ਼ਹਾਲ ਹੈ, ਪੰਜਾਬ ਦਾ ਮੁਲਾਜ਼ਮ ਵੀ ਖੁਸ਼ਹਾਲ ਹੈ, ਪੰਜਾਬ ਦਾ ਵਪਾਰੀ ਵੀ ਖੁਸ਼ਹਾਲ ਹੈ, ਪੰਜਾਬ ਦਾ ਹਰ ਵਰਗ ਖੁਸ਼ੀ ਕੋਈ ਨਾਲ ਜਿਹੜਾ ਝੂਮ ਰਿਹਾ, ਫਿਰ ਉਹ ਕਿੱਥੇ ਖੁਸ਼ਹਾਲ ਆ? ਤੁਸੀਂ ਤਾਂ ਇੰਨੀਆਂ ਸਮੱਸਿਆਵਾਂ ਦਾ ਦੇਖੋ ਜੀ, ਜਿਹੜਾ ਝੂਮ ਰਿਹਾ ਤੁਸੀਂ ਦੇਖ ਲਿਆ ਹੋਣਾ ਵੀ ਮੌੜ ਵੀ ਝੂਮਿਆ ਸੀਗਾ ਜਦੋਂ ਉਹਨਾਂ ਨੇ ਕਾਫਲਾ ਕੱਢਿਆ ਸੀ। ਤੁਸੀਂ ਜਿੱਥੇ ਖੜ੍ਹੇ ਹੋ, ਇੱਥੋਂ ਇੱਧਰਲੇ ਪਾਸੇ ਨੂੰ 15 ਕਿਲੋਮੀਟਰ ਮਸਤੂਆਣਾ ਸਾਹਿਬ ਆ, ਇੱਧਰ ਨੂੰ 20 ਕਿਲੋਮੀਟਰ ਮਲੇਰਕੋਟਲਾ, ਮਲੇਰਕੋਟਲੇ ਵਾਲਾ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀਗਾ ਅਮਰਿੰਦਰ ਸਿੰਘ ਨੇ, ਇਹਦਾ ਰੱਖਿਆ ਸੀ ਭਗਵੰਤ ਮਾਨ ਜੀ ਨੇ। ਆਜੋ ਦੇਖ ਲੈਂਦੇ ਹਾਂ ਵੀ ਉੱਥੇ ਕੋਈ ਮੈਡੀਕਲ ਕਾਲਜ ਬਣ ਰਿਹਾ ਜੀ। 17 ਮੈਡੀਕਲ ਕਾਲਜਾਂ ਦੀ ਗੱਲ ਹੋਈ ਸੀ, ਉਹ ਬੋਰਡਾਂ 'ਚ ਰਹਿ ਗਏ ਫਿਰ ਆਪਣੇ ਉਹ ਦੱਸੋ ਤਾਂ। ਮੈਂ ਤਾਂ ਆਪ ਕਹਿੰਦਾ ਵੀ ਤੁਸੀਂ ਗਰਾਊਂਡ 'ਤੇ ਸਾਡੇ ਵਾਂਗੂ ਵਿਚਰਦੇ ਹੋ, ਮੁਲਾਜ਼ਮਾਂ ਦੀਆਂ ਤੁਸੀਂ ਗੱਲਾਂ ਕਰੀ ਜਾਂਦੇ ਹੋ ਵੀ ਉੱਥੇ ਫਲਾਣਾ ਬੰਦਾ ਫੜ ਲਿਆ ਜੀ, ਉੱਥੇ 2000 'ਚ ਫੜ ਲਿਆ, ਉਹ 4000 'ਚ ਫੜ ਲਿਆ, ਠੀਕ ਆ ਹੋਣਗੇ ਜੀ ਉਹ? ਤੁਹਾਡੇ ਲੀਡਰਾਂ 'ਤੇ ਨਹੀਂ ਇਲਜ਼ਾਮ ਲੱਗਦੇ, ਤੁਹਾਡੇ ਲੀਡਰ ਚੱਟੇ 'ਚ ਫਸੇ ਜਾਂਦੇ ਨੇ, ਤੁਹਾਡੇ ਲੀਡਰ ਮਤਲਬ ਕਰਪਸ਼ਨ 'ਚ ਫਸੇ ਜਾਂਦੇ ਨੇ, ਤੁਹਾਡੇ ਮੰਤਰੀ ਇਸ ਗੱਲ ਦੀ ਉਦਾਹਰਣ ਨੇ, ਤੁਸੀਂ ਕਿੰਨੀ ਵਾਰ ਆਪਦਾ ਮੰਤਰੀ ਮੰਡਲ ਬਦਲ ਲਿਆ, ਤੁਹਾਡੇ ਕਿਹੋ ਜਿਹੇ ਮੰਤਰੀਆਂ ਦੇ ਉੱਪਰ ਇਲਜ਼ਾਮ ਲੱਗ ਗਏ, ਉਹਨਾਂ ਦੇ ਕਿਹੋ ਜਿਹੇ ਵੀਡੀਓ ਸਾਹਮਣੇ ਆ ਗਈਆਂ। ਜੇ ਅੱਜ ਸਮਾਜ ਦੇ ਵਿੱਚ ਤੁਹਾਨੂੰ ਇੱਕ ਮੰਤਰੀ ਮੰਡਲ ਇਮਾਨਦਾਰ ਨਹੀਂ ਮਿਲ ਰਿਹਾ, ਤੁਸੀਂ ਥੱਲੇ ਕੀ ਗੱਲ ਕਰਦੇ ਹੋ? ਕਿਹੜੀ 0% ਟੋਰੈਂਸ ਦੀ ਗੱਲ ਕਰਦੇ ਹੋ? ਵੀ ਮੇਰੀ ਬੇਨਤੀ ਆ ਵੀ ਅੱਜ ਆਪਾਂ ਧੂਰੀ ਮੁਕਾਮ 'ਤੇ ਖੜ੍ਹੇ ਹਾਂ, ਧੂਰੀ ਸ਼ਹੀਦਾਂ ਦੀ ਧਰਤੀ ਆ, ਸ਼ਹੀਦ ਭਗਤ ਸਿੰਘ ਟਟੋਗਲ ਪਰਜਾ ਮੰਡਲ ਦੇ ਬਹੁਤ ਵੱਡੇ ਸ਼ਹੀਦ ਹੋਏ ਨੇ, ਇਹ ਕ੍ਰਾਂਤੀਕਾਰੀ ਧਰਤੀ ਆ। ਮੇਰੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਇੱਥੋਂ ਨੁਮਾਇੰਦਗੀ ਕਰ ਰਹੇ ਹੋ, ਤੁਸੀਂ ਬਜਾਏ ਜਲੰਧਰ ਜਾਣ ਦੇ ਤੁਸੀਂ ਇੱਥੇ ਆ ਕੇ ਆਪਦਾ ਮੰਜਾ ਬਿਸਤਰਾ ਰੱਖੋ, ਰਾਤ ਕੱਟੋ। ਸਭ ਤੋਂ ਵੱਡੀ ਸ਼ੂਗਰ ਮਿਲ ਆ ਜੀ ਉਰੇ ਪੰਜਾਬ ਦੀ, ਪਹਿਲਾ ਸੀਜ਼ਨ ਐਤਕੀ ਆਪਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ, ਇਹ ਸ਼ੂਗਰ ਮਿਲ ਐਤਕੀ ਚੱਲੀ ਨੇਗੀ ਮਨਿੰਦਰ ਜੀ, ਇਹ ਸ਼ੂਗਰ ਮਿਲ ਐਤਕੀ ਬੰਦ ਆ, ਸਭ ਤੋਂ ਵੱਡੀ ਸ਼ੂਗਰ ਮਿਲ ਆ ਪੰਜਾਬ ਦੀ ਧੂਰੀ ਦੇ ਵਿੱਚ, ਔਰ 2 ਸਾਲ ਦਾ ਲੋਕਾਂ ਦਾ ਬਕਾਇਆ ਲਈ ਖੜੀ ਆ ਇਹ। ਫਿਰ ਕਿਸਾਨ ਆਤਮਹੱਤਿਆ ਕਰੂ ਯਾਰ, ਫਿਰ ਦੱਸੋ? ਫਿਰ ਆਪਾਂ ਕਹਿੰਦਾ ਝੋਨਾ ਛੱਡ ਕੇ ਤੁਸੀਂ ਗੰਨਾ ਬੀਜ ਲਓ ਜੀ, ਗੰਨਾ ਵਿਕ ਨਹੀਂ ਰਿਹਾ। ਸਾਡੇ ਇਸ ਧੂਰੀ ਹਲਕੇ ਦੇ ਬੰਦਿਆਂ ਨੇ ਮਾਝੇ ਦੇ ਦੁਆਬੇ ਦੇ ਵਿੱਚ ਜਾ ਕੇ ਗੰਨਾ ਮਤਲਬ ਸੁੱਟ ਕੇ ਆਏ ਨੇ, ਔਰ ਆਹ 'ਚ ਕਿੰਨੇ ਹਾਦਸੇ ਹੋਏ ਨੇ। ਅਸਲ ਧਰਾਤਲ ਦੇ ਹਾਲਾਤ ਆਏ ਨੇ ਜੀ, ਇਹ ਮੁੱਖ ਮੰਤਰੀ ਸਾਹਿਬ ਨੂੰ ਦੇਖ ਨਹੀਂ ਰਹੇ। ਤਾਂ ਫਿਰ ਉਹ ਕਿਹੜੇ ਕੰਮ ਨੇ ਪ੍ਰਧਾਨ ਸਾਹਿਬ ਜਿਹੜੇ ਕਹਿੰਦੇ ਨੇ ਕਿ ਪਿਛਲੇ 70 ਸਾਲਾਂ ਦੇ ਵਿੱਚ 75 ਸਾਲਾਂ ਦੇ ਦੂਜੀਆਂ ਸਰਕਾਰਾਂ ਨੇ ਕੀਤੇ ਅਤੇ ਅਸੀਂ ਐਨ 2-2.5 ਸਾਲਾਂ ਦੇ ਵਿੱਚ ਕਰਕੇ ਦਿਖਾਤੇ?
ਉਹ ਕੰਮ ਇਹ ਨੇ ਜੀ ਵੀ ਜਿਹੜਾ ਜੋ ਮਤਲਬ ਡਰਾਮਾ ਨਾ, ਕਿਉਂਕਿ ਮੁੱਖ ਮੰਤਰੀ ਕੋਈ ਵੀ ਬਣਿਆ ਪੰਜਾਬ ਦੇ ਵਿੱਚ, ਉਹਦਾ ਇੱਕ ਜਿਹੜਾ ਸ਼ਬਦ ਹੁੰਦਾ ਉਹ ਕਾਨੂੰਨ ਹੁੰਦਾ ਜੀ। ਵੀ 2.5 ਸਾਲ ਦੇ ਵਿੱਚ ਪਹਿਲੀ ਵਾਰ ਵੀ ਡਰਾਮਾ ਬਹੁਤ ਵੱਡੀ ਪੱਧਰ 'ਤੇ ਹੋਇਆ। ਉਹ ਡਰਾਮਾ ਚਾਹੇ ਕਾਲਜਾਂ ਦਾ ਹੋ ਗਿਆ, ਚਾਹੇ ਸਕੂਲ ਆਫ ਐਮੀਨੇਸ਼ਨ ਦਾ ਹੋ ਗਿਆ, ਚਾਹੇ ਮੁਹੱਲਾ ਕਲੀਨਿਕ ਦਾ ਹੋ ਗਿਆ, ਡਰਾਮਾ ਬਹੁਤ ਜੰਮ ਕੇ ਹੋਇਆ। ਹੋਰ ਤਾਂ ਕੁਛ ਨਹੀਂ ਹੋਇਆ, ਕਿਸੇ ਮਹਿਕਮੇ ਦੇ ਵਿੱਚ ਕੋਈ ਭੋਰਾ ਸੁਧਾਰ ਆਇਆ ਹੋਵੇ, ਮੈਂ ਨਹੀਂ ਕਹਿੰਦਾ ਤੁਸੀਂ ਇਹਨਾਂ ਦੇ ਵਲੰਟੀਅਰਾਂ ਨੂੰ ਪੁੱਛ ਲਓ, ਹੁਣ ਮੂਹਰੇ ਪੰਚਾਇਤ ਚੋਣਾਂ ਆਉਣਗੀਆਂ, ਤੁਹਾਨੂੰ ਹਾਲਾਤ ਦਿਖ ਜਾਣਗੇ ਵੀ ਉਹਨਾਂ ਦਾ ਪਿੰਡਾਂ ਦੇ ਵਿੱਚ ਹਾਲਾਤ ਕੀ ਨੇ ਬਦਲਾਓ ਵਾਲਿਆਂ ਦੇ। ਵੀ ਇਸ ਕਰਕੇ ਠੀਕ ਆ ਵੀ 3 ਸੀਟਾਂ ਲੋਕਾਂ ਨੇ ਜਿਤਾ ਦੀਆਂ, ਕਿਵੇਂ ਜਿਤਾ ਦੀਆਂ ਉਹ ਆਪਾਂ ਨੂੰ ਸਾਰਾ ਪਤਾ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਚੋਣ ਜ਼ਾਬਤਾ 'ਚ ਖੁੱਲ੍ਹ ਗਿਆ, ਜਲੰਧਰ ਦੇ ਵਿੱਚ ਲੱਗਿਆ ਹੋਇਆ, ਜਲੰਧਰ ਚੋਣ ਆ ਰਹੀ ਆ, ਤੁਹਾਨੂੰ ਪਤਾ ਲੱਗ ਜੂਗਾ 5 ਹਲਕਿਆਂ ਦੀ ਹੋਰ ਚੋਣ ਆ ਰਹੀ ਆ। ਵੀ ਜਿਹੜਾ ਝੂਠ ਤੂਫਾਨ ਇਸ 2.5 ਸਾਲ ਦੇ ਵਿੱਚ ਪੰਜਾਬ ਦਾ ਖਜ਼ਾਨਾ ਲੁੱਟ ਕੇ ਬੋਲਿਆ ਗਿਆ, ਅਖਬਾਰਾਂ ਨੂੰ ਇਸ਼ਤਿਹਾਰ ਵੀ ਜਾਰੀ ਕਰਤੇ, 18/11/2022 ਨੂੰ 5 ਕਰੋੜ ਦੇ ਕਰੀਬ ਇਸ਼ਤਿਹਾਰ ਜਾਰੀ ਕੀਤੇ ਨੇ ਵੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ, ਪੁਰਾਣੀ ਪੈਨਸ਼ਨ ਬਹਾਲ ਕਰਤੀ। ਉਹ ਲੱਭੀ ਆ ਕਿਤੇ ਦੱਸੋ ਜੀ, ਕਿਸੇ ਮੁਲਾਜ਼ਮ ਨੂੰ ਮਿਲੀ ਹੈ ਜੀ? ਉਹ ਹਰੇਕ ਲੀਡਿੰਗ ਅਖਬਾਰ ਦੇ ਉੱਪਰ, ਇੰਟਰਨੈਸ਼ਨਲ ਨੈਸ਼ਨਲ ਅਖਬਾਰ ਦੇ ਪਹਿਲੇ ਪੇਜ ਦੇ ਉੱਪਰ ਫੋਟੋ ਸੀਗੀ, ਉਹ ਸਾਡੇ ਪੰਜਾਬ ਦੇ ਖਜ਼ਾਨੇ ਨੂੰ ਤਾਂ ਤੁਸੀਂ ਲੁੱਟ ਲਿਆ ਝੂਠ ਬੋਲ ਕੇ ਜੀ। ਫਿਰ ਮੈਡੀਕਲ ਕਾਲਜ ਨਹੀਂ ਲੱਭੇ ਆਪਾਂ ਨੂੰ, ਫਿਰ ਆਪਾਂ ਨੂੰ ਜਿਹਨਾਂ ਗੱਲਾਂ ਹੁਣ ਏਅਰਪੋਰਟ ਦਾ ਨੀਂਹ ਪੱਥਰ ਰੱਖ ਕੇ ਗਏ ਸੀ ਆਪਣੇ ਜਿਹੜਾ ਸਾਹਨੇ ਵਾਲਾ ਜੀ, ਉਹ ਦੁਬਾਰੇ ਉਡਾਨਾਂ ਚੱਲੀਆਂ ਨੇ ਉੱਥੇ। ਵੀ ਕਿਉਂ ਯਾਰ ਐਸਾ ਡਰਾਮਾ ਤੁਸੀਂ ਕਿਉਂ ਕਰ ਰਹੇ ਹੋ? ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਆਪਾਂ ਕਿਉਂ ਦਿਖਾ ਕੇ ਪੇਸ਼ ਕਰਦੇ ਹਾਂ? ਮੈਂ ਅੱਜ ਪਟਵਾਰੀਆਂ ਦਾ ਪ੍ਰਧਾਨ ਹਾਂ, ਮੇਰਾ ਪਹਿਲਾ ਫਰਜ਼ ਆ ਮੈਂ ਪਟਵਾਰੀ ਤੌਰ 'ਤੇ ਕੀ ਸੇਵਾ ਕਰ ਰਿਹਾ। ਮੈਂ ਸੇਵਾ ਕੀਤੀ ਆ, ਮੈਂ ਦਸੌਂਦਾ ਸਿੰਘ ਵਾਲੇ 'ਚ 1400 ਏਕੜ ਦੀ ਤਕਸੀਮ ਕੀਤੀ ਆ, ਲੋਕਾਂ ਨੂੰ 10,000 'ਚ ਫਰਜ਼ ਮਿਲਦੀ ਸੀ, ਮੈਂ ਲੋਕਾਂ ਨੂੰ ਸਹੂਲਤ ਦਿੱਤੀ ਆ, ਮੇਰਾ ਪਹਿਲਾ ਕੰਮ ਆ। ਮੈਂ ਉਦੋਂ ਬਾਅਦ ਪ੍ਰਧਾਨ ਹਾਂ, ਪਹਿਲਾਂ ਆਪਦੀ ਡਿਊਟੀ ਪ੍ਰਤੀ ਮੈਂ ਇਮਾਨਦਾਰ ਹਾਂ, ਮੈਂ ਸੁਹਿਰਦਾ। ਮੈਂ ਇਹੀ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ, ਤੁਹਾਡੇ ਵਾਸਤੇ ਪਹਿਲਾਂ ਧੂਰੀ ਹਲਕਾ, ਫਿਰ ਤੁਸੀਂ ਚਾਹੇ ਜਲੰਧਰ ਰਿਹਾਇਸ਼ ਕਰ ਲਿਓ, ਚਾਹੇ ਅੰਮ੍ਰਿਤਸਰ ਕਰ ਲਿਓ, ਬਾਅਦ 'ਚ ਕਰ ਲਿਓ, ਧੂਰੀ ਆ ਕੇ ਤੁਹਾਨੂੰ ਬੇਨਤੀ ਆ ਵੀ ਗੰਨਾ ਲੋਕਾਂ ਨੇ ਫਿਰ ਬੀਜਿਆ ਹੋਇਆ ਦੁਬਧਾ ਦੇ ਵਿੱਚ, ਪਹਿਲਾਂ ਐਲਾਨ ਕਰੋ ਵੀ ਧੂਰੀ ਸ਼ੂਗਰ ਮਿੱਲ ਅਗਲੀ ਵਾਰ ਚੱਲੂਗੀ, ਲੋਕਾਂ ਦਾ 2 ਸਾਲ ਦਾ ਬਕਾਇਆ ਅਸੀਂ ਜਾਰੀ ਕਰਾਂਗੇ। ਫਿਰ ਤੁਸੀਂ ਜਾ ਕੇ ਜਲੰਧਰ ਦਫ਼ਤਰ ਰੱਖ ਲਿਓ, ਚਾਹੇ ਤੁਸੀਂ ਭਵਾਨੀਗੜ੍ਹ ਰੱਖ ਲਿਓ, ਜਿੱਥੇ ਮਰਜ਼ੀ ਰੱਖ ਲਿਓ, ਪਹਿਲਾਂ ਤੁਸੀਂ ਲੋਕਾਂ ਦਾ ਤੁਹਾਡੇ 'ਤੇ ਪਹਿਲਾ ਹੱਕ ਧੂਰੀ ਦੇ ਲੋਕਾਂ ਦਾ। ਕਹਿੰਦੇ ਜਲੰਧਰ ਜਿੱਤਣ ਦੇ ਲਈ ਜਾਣਾ, ਦੇਖੋ ਜੀ ਉਹ ਲੋਕਾਂ ਨੇ ਜਿਤਾਉਣਾ ਜੀ, ਲੋਕਾਂ ਨੇ ਜਿਤਾਉਣਾ। ਇਹ ਤਾਂ ਮਤਲਬ ਪਿਛਲੀ ਵਾਰ ਰਾਜਧਾਨੀ ਸੀਗੀ ਜੀ, ਉਹ ਲੋਕਾਂ ਨੇ ਸਿਮਰਤ ਮਾਨ ਨੂੰ ਜਿਤਾਉਂਦਾ ਸੀਗਾ, ਇਹ ਲੋਕ ਨੇ ਜੀ, ਲੋਕਾਂ ਮੂਹਰੇ ਤਾਂ ਕੁਛ ਨਹੀਂ ਖੜਦਾ ਹੈਗਾ, ਲੋਕਾਂ ਮੂਹਰੇ ਕੁਛ ਨਹੀਂ ਖੜਦਾ ਹੈਗਾ। ਲੋਕਾਂ ਨੇ ਪਿਛਲੀ ਵਾਰ ਦਿਖਾਤਾ, ਔਰ ਇਸ ਵਾਰ ਲੋਕਾਂ ਨੇ ਹੋਰ ਤਰੀਕੇ ਨਾਲ ਦਿਖਾਤਾ ਵੀ ਨਾ ਇਹਨਾਂ ਨੂੰ ਕੋਈ ਪੈਂਚਰ ਵਾਲਾ ਮਿਲਿਆ, ਨਾ ਇਹਨਾਂ ਨੂੰ ਕੋਈ ਆਪਣੇ ਕਿਸਾਨ ਮਜ਼ਦੂਰ ਮਿਲਿਆ, MLA ਮੰਤਰੀ ਇਹਨਾਂ ਨੂੰ ਖੜਾਉਣੇ ਪੈ ਗਏ। ਦੇਖੋ ਹੋ ਸਭ ਕੁਛ ਗਿਆ, ਮੰਨਣ ਚਾਹੇ ਨਾ ਮੰਨਣ, ਅੱਜ ਪੰਜਾਬ ਫਿਰ ਉਸੇ ਕਗਾਰ 'ਤੇ ਆ ਕੇ ਖੜ ਗਿਆ ਜਿੱਥੇ 2022 ਦੇ ਵਿੱਚ ਖੜਾ ਸੀਗਾ। ਅੱਜ ਪੰਜਾਬ ਨੂੰ ਫਿਰ ਹਨੇਰਾ ਹੀ ਦਿਖ ਰਿਹਾ। ਅੱਜ ਚਾਹੇ ਕੋਈ ਵੀ ਪੰਜਾਬ ਦਾ ਮਸਲਾ, NSA ਲਾਇਆ ਸੀ ਪੰਜਾਬ ਸਰਕਾਰ ਨੇ, ਉਹ ਲੋਕਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ, 2 ਲੱਖ ਦੇ ਜਿਤਾ ਕੇ ਭੇਜਤਾ। ਇਹ ਗੱਲਾਂ ਪਬਲਿਕ ਮੂਹਰੇ ਕੁਛ ਨਹੀਂ ਖੜਦਾ, ਜੇ ਮੈਂ ਝੂਠਾ ਹੋਊਂਗਾ ਤਾਂ ਅੱਜ ਨਹੀਂ ਕੱਲ੍ਹ ਮੇਰੀ ਗੱਲ ਆ ਜਾਣੀ ਆ। ਮੇਰੀ ਅੱਜ ਫਿਰ ਤੁਹਾਡੇ ਚੈਨਲ ਰਾਹੀਂ, ਕਿਉਂਕਿ ਸਾਡੇ ਵੱਡੇ ਨੇ CM, ਸਟੇਟ ਹੈੱਡ ਹੁੰਦਾ ਸਾਰੇ ਕਾਸੇ ਦਾ, ਮੇਰੀ ਹੈੱਡ ਨੂੰ ਬੇਨਤੀ ਆ ਕਿ ਤੁਸੀਂ ਹੈੱਡ ਵਾਲੀ ਪਾਵਰ 'ਚ ਆਓ, ਤੁਸੀਂ ਇਕੱਲੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਹੀਂ ਹੈਗੇ, ਤੁਸੀਂ ਪੰਜਾਬ ਦੇ ਲੋਕਾਂ ਦੇ ਪ੍ਰਮੁੱਖ ਹੋ। ਪੰਜਾਬ ਨੂੰ ਉੱਚਾ ਚੁੱਕਣ ਲਈ, ਮੁਲਾਜ਼ਮਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਕਿਸਾਨਾਂ ਦੇ ਦੁੱਖ ਜਿਹੜੇ ਆਪਾਂ ਹੱਲ ਕਰੀਏ। ਅੱਜ ਲੋੜ ਆ ਪੰਜਾਬ ਦੇ ਵਿੱਚ ਮਾਲ ਵਿਭਾਗ ਆ, ਉਹਦੇ 'ਚ 40 ਸਾਲ ਬਾਅਦ ਮੁਰੱਬੇਬੰਦੀ ਹੋਣੀ ਸੀ, 70 ਸਾਲ ਤੋਂ ਮੁਰੱਬੇਬੰਦੀ ਨਹੀਂ ਹੋਈ। ਲੋਕ ਤਕਸੀਮਾਂ ਪਿੱਛੇ, ਲੋਕ ਰਸਤਿਆਂ ਪਿੱਛੇ ਲੜੀ ਜਾਂਦੇ ਨੇ, ਆਪਾਂ ਲੋਕਾਂ ਨੂੰ ਕੋਈ ਰਿਲੀਫ ਤਾਂ ਦਈਏ? ਆਪਾਂ ਕੋਈ ਅਜੇ ਆਮ ਘਰ ਦਾ ਮੁੰਡਾ ਜੇ ਬਣਿਆ ਤਾਂ ਆਪਾਂ ਉਹਦਾ ਕੋਈ ਰਿਲੀਫ ਤਾਂ ਦਈਏ? ਅੱਜ MC ਸਾਹਿਬ ਨੇ ਸਾਡੇ ਬ੍ਰਹਮ ਸ਼ੰਕਰ ਜਿੰਪਾ ਜੀ, ਉਹ ਮਾਲ ਮੰਤਰੀ ਬਣੇ ਨੇ, ਉਹ ਜਗਰਾਤਿਆਂ ਤੋਂ ਇਹਨਾਂ ਨੂੰ ਵਿਹਲ ਨਹੀਂ ਹੈਗਾ ਵੀ ਆਪਾਂ ਕੋਈ ਰਿਲੀਫ ਤਾਂ ਦਈਏ ਲੋਕਾਂ ਨੂੰ? ਯਾਰ ਆਪਾਂ ਜੀ ਤੁਸੀਂ ਮੁੱਖ ਮੰਤਰੀ ਬਣ ਗਏ, ਮੰਤਰੀ ਬਣ ਗਏ, ਤੁਹਾਡਾ ਇਹ ਕੰਮ ਥੋੜ੍ਹਾ ਵੀ ਆਪਾਂ ਇਕੱਲੀਆਂ ਫੋਟੋਆਂ ਖਿਚਾਉਣੀਆਂ ਨੇ? ਵੀ ਸਾਡੀ ਬੇਨਤੀ ਆ ਵੀ ਅੱਜ ਨਹਿਰੀ ਪਟਵਾਰੀਆਂ ਦਾ ਮਸਲਾ, ਪੰਜਾਬ ਦੇ ਨਹਿਰੀ ਪਾਣੀ ਦਾ ਮਸਲਾ, ਇਹਦੇ 'ਤੇ ਤੁਸੀਂ ਜ਼ਰੂਰ ਸਟੇਟਮੈਂਟ ਦੇਵੋ, ਲੋਕਾਂ ਨੂੰ ਦੱਸੋ ਕਿ ਝੂਠ ਕੌਣ ਬੋਲ ਰਿਹਾ। ਜੇ ਪੰਜਾਬ ਦਾ ਪਟਵਾਰ ਜੂਨੀਅਰ ਨਹਿਰੀ ਪਟਵਾਰ ਜੂਨੀਅਰ ਝੂਠ ਬੋਲਦੇ ਤਾਂ ਉਹਨਾਂ 'ਤੇ ਕਾਰਵਾਈ ਕਰੋ।
ਅਗਰ ਇਹ ਗੱਲ ਨਹੀਂ ਹੈਗੀ, ਅੱਜ ਇੱਕ ਮਹੀਨੇ ਤੋਂ ਵੱਧ ਇਹ ਮਸਲਾ ਹਾਈਲਾਈਟ ਹੋ ਗਿਆ ਵੀ ਪੰਜਾਬ ਦੇ ਨਹਿਰੀ ਪਾਣੀ 'ਤੇ ਡਾਕਾ ਮਾਰਿਆ ਜਾ ਰਿਹਾ, ਨਾ ਕੋਈ ਨਹਿਰੀ ਮੰਤਰੀ ਦਾ ਬਿਆਨ ਆਇਆ, ਨਾ ਮੁੱਖ ਮੰਤਰੀ ਦਾ ਬਿਆਨ ਆਇਆ, ਫਿਰ ਇਹ ਤੁਸੀਂ ਚੁੱਪ ਨੂੰ ਕੀ ਸਮਝੋਗੇ? ਫਿਰ ਇਹਦਾ ਮਤਲਬ ਗਲਤ ਆ ਗੱਲ, ਇਹ ਦਾਲ 'ਚ ਕੁਛ ਨਾ ਕੁਛ ਕਾਲਾ। ਇਸ ਕਰਕੇ ਇਹੀ ਬੇਨਤੀ ਆ ਕਿ ਅੱਜ ਇਹ ਕਾਫਲਾ ਬਣ ਗਿਆ, ਅੱਜ ਇਸ ਧਰਨੇ ਦੇ ਵਿੱਚ ਕਿਸਾਨ ਵੀ ਹਾਜ਼ਰ ਆ, ਮਜ਼ਦੂਰ ਵੀ ਹਾਜ਼ਰ ਆ, ਮੁਲਾਜ਼ਮ ਵੀ ਹਾਜ਼ਰ ਆ। ਇਹ ਨਾ ਹੋਵੇ ਵੀ ਤੁਸੀਂ ਜਲੰਧਰ ਰਿਹਾਇਸ਼ ਕੀਤੀ ਆ ਸੀਟ ਜਿੱਤਣ ਵਾਸਤੇ, ਇਹ ਮੋਰਚੇ ਦਾ ਅਗਲਾ ਮੁਕਾਮ ਜਲੰਧਰ ਹੋ ਜਾਵੇ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਦੋਂ ਪਹਿਲਾਂ ਮਸਲੇ ਹੱਲ ਕਰ ਲਓ, ਡੁੱਲੇ ਬਿਰਾਂ ਦਾ ਕੁਛ ਨਹੀਂ ਵਿਗੜਿਆ। ਇੰਨੀਆਂ ਕੁ ਬੇਨਤੀਆਂ ਕਰਦਾ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਥੈਂਕ ਯੂ ਜੀ।